ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਪੰਜਾਬ ਸਰਕਾਰ ਆਪਣੇ ਸੂਬੇ ਦੇ ਲੋਕਾਂ ਦੀ ਸੇਵਾ ਵਾਸਤੇ ਸਦਾ ਹਾਜ਼ਰ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲੋਕ ਸਭਾ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਆਪਣੇ ਨਿੱਜੀ ਤੌਰ ਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਨੂੰ ਬਾਈਪਾਈਪ ਮਸ਼ੀਨ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਤੋਂ ਜੋ ਵੀ ਸੰਭਵ ਹੋ ਸਕਿਆ ਉਹ ਸਿਵਲ ਹਸਪਤਾਲ ਲਈ ਕਰਨਗੇ। ਆ ਰਹੀਆਂ ਵੀ ਪੱਖਪਾਤ ਕੀਤਾ ਜਾ ਰਿਹਾ ਉਹਦੇ ਬਾਰੇ ਮੈਂ ਇਹ ਅੱਜ ਮੀਟਿੰਗ ਲੈ ਕੇ ਆਇਆ ਡੀਸੀ ਸਾਹਿਬ ਦਾ ਤਰਨ ਤਾਰਨ ਲਈ ਅੰਮ੍ਰਿਤਸਰ। ਉੱਥੇ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਆ ਬਿਲਕੁਲ ਪੱਖਪਾਤ ਨਾ ਕੀਤਾ ਜਾਵੇ, ਪਾਰਟੀ ਬਾਜੀ ਤੋਂ ਉੱਪਰ ਉੱਠ। ਠੀਕ ਹੈ, ਇਹ ਜ਼ਿੰਦਗੀ ਮੌਤ ਦੀ ਲੜਾਈ ਹੈ। ਠੀਕ ਹੈ, ਇਹ ਮਾਨਵਤਾ ਦੀ ਲੜਾਈ ਹੈ। ਬਿਲਕੁਲ, ਜੇ ਕੋਈ ਵੀ ਇਹੋ ਜਿਹਾ ਕੰਮ ਨਾ ਅਫਸਰ ਸਾਹਿਬਾਨ ਕਰਨਗੇ ਨਾ ਕੋਈ ਉੱਪਰ ਵਾਲੇ ਨਹੀਂ ਕਰਦੇ, ਕੋਈ ਥੱਲੇ ਲੈਵਲ 'ਤੇ ਕੁਝ ਹੋ ਜਾਂਦਾ, ਮੈਂ ਇਹ ਨਹੀਂ ਕਹਿੰਦਾ ਨਹੀਂ ਹੁੰਦਾ। ਠੀਕ ਹੈ, ਕਿਰਪਾ ਕਰਕੇ ਇਹ ਜੀਣ ਦੀ ਲੜਾਈ ਆ, ਇਹਦੇ ਵਿੱਚ ਕੋਈ ਪੱਖਪਾਤ ਨਾ ਕੀਤਾ ਜਾਵੇ। ਮੈਂ ਇਹ ਜਿਹੜਾ ਫਿਰ ਦੁਬਾਰਾ ਹਦਾਇਤ ਵੀ ਕਰ, ਇੱਕ ਬੇਨਤੀ ਹੋਰ ਮੈਂ ਕਰਨੀ ਚਾਹੁੰਦਾ ਕਿ ਨੋਰਮਲ ਤੌਰ 'ਤੇ ਵੇਖਿਆ ਗਿਆ ਆਪਾਂ ਸਮਾਜ ਦੇ ਵਿੱਚ, ਆਪਾਂ ਸਰਕਾਰ ਦੇ ਵਿੱਚ ਬਹੁਤ ਕਮੀਆਂ ਕਰਦੇ। ਮੈਂ ਇਹ ਨਹੀਂ ਕਹਿੰਦਾ ਉਹ ਸਭੇ ਗੱਲਾਂ ਸੰਪੂਰਨ 'ਚ ਉਹਨਾਂ 'ਚ ਹੁਣ ਪਾਈਆਂ ਹੋਰ ਗਈਆਂ, ਪਰ ਆਹ ਜਿਹੜਾ ਸਮਾਂ ਇਹਦੇ ਵਿੱਚ ਆਪਣੇ ਅੰਦਰ ਝਾਤੀ ਮਾਰੋ, ਪਹਿਲਾਂ ਆਪਣੇ ਅੰਦਰ ਜੇ ਕੋਈ ਕਮਜ਼ੋਰੀ ਆ ਜਾਂ ਊਣਤਾਈ ਆ ਨਾ ਉਹਨੂੰ ਦੂਰ ਕਰੀਏ। ਠੀਕ ਹੈ, ਅਤੇ ਹੋਰ ਕੋਈ ਗੱਲ ਹੋਵੇ ਤਾਂ ਮੈਂ ਹਮੇਸ਼ਾ ਹੀ ਸੰਗਤ ਲਈ ਹਾਜ਼ਰ ਹਾਂ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।